ਮਾਤਾ ਜੀ ਨੂੰ ਅੱਜ ਵੀ ਮੇਰਾ ਸਿਹਤ ਸਕੱਤਰ ਦੀ ਸੇਵਾ ਦੇ ਵਿੱਚ ਸਮਾਂ ਮਿਲਿਆ। ਉਸ ਦਿਨ ਜਿਸ ਦਿਨ ਦਿੱਲੀ ਟਿਕਰੀ ਬਾਰਡਰ ਦੇ ਉੱਤੇ ਬੀਬਾ ਜੀ ਨੇ ਆਪਦੀ ਸੇਵਾ ਦੇ ਵਿੱਚ ਸਮਾਂ ਲਿਆ, ਅਸੀਂ ਪਿੰਡ ਰਾਏਪੁਰ ਤੋਂ ਅੱਜ 70-75 ਬੰਦਿਆਂ ਦੀ ਹਾਜ਼ਰੀ ਲਵਾਈ ਹੈ। ਝਨੀਰ ਜੋ ਮੰਡਲ ਹੈ ਵੀ ਸਾਰਾ ਚੱਕਾ ਜਾਮ ਦਾ ਪ੍ਰੋਗਰਾਮ ਸੀ, ਉਹਦੇ ਵਿੱਚ ਰਾਏਪੁਰ ਤੋਂ 75 ਬੰਦਿਆਂ ਨੇ ਹਾਜ਼ਰੀ ਲਵਾਈ। ਅਸੀਂ ਧੰਨਵਾਦ ਕਰਦੇ ਹਾਂ ਜੀ ਰਾਜ ਗਰਾਊਂਡ ਟੀਵੀ ਦਾ, ਜਿਨ੍ਹਾਂ ਨੇ ਮੰਡਲ ਵੀ ਖਬਰ ਸਾਡੀ ਮੀਡੀਆ 'ਤੇ ਦਿੱਤੀ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਰਾਜ ਗਰਾਊਂਡ ਟੀਵੀ ਦਾ, ਸਾਰੀ ਸੰਗਤ ਦਾ, ਜਿਹੜੇ ਪਿੰਡ ਵਾਲੇ ਬੰਦੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜਾ ਅੱਜ ਇਹ ਧਰਨਾ ਚੱਲ ਰਿਹਾ, ਇਹ 3 ਆਰਡੀਨੈਂਸ ਕਾਨੂੰਨਾਂ ਦੇ ਉੱਪਰ ਚੱਲ ਰਿਹਾ। ਸਰਦਾਰ ਪਟੇਲ ਨੇ 3 ਕਾਨੂੰਨ ਕਾਲੇ ਬਣਾਏ ਸੀ, ਉਹਦੇ ਸੰਬੰਧ ਵਿੱਚ ਚੱਲ ਰਿਹਾ। ਜੋ ਕੁਛ ਦਿੱਲੀ ਦੇ ਲਾਲ ਕਿਲੇ 'ਤੇ ਹੋਇਆ ਉਹ ਨਿੰਦਣ ਯੋਗ ਹੈ, ਉਸ ਦੇ ਸੰਬੰਧ ਵਿੱਚ ਅਸੀਂ ਇਹ ਧਰਨਾ ਲਾਇਆ ਸੀ। ਅੱਜ ਜੇ ਸਰਕਾਰ ਨੇ ਸਾਡਾ ਫਿਰ ਵੀ ਨਾ ਕੋਈ ਗੱਲ ਸਿਰੇ ਲੱਗੀ ਤਾਂ ਅਸੀਂ ਹੋਰ ਵੀ ਸੰਘਰਸ਼ ਤੇਜ਼ ਕਰਾਂਗੇ। ਅਤੇ ਧੰਨਵਾਦ ਕਰਦੇ ਤੁਹਾਡੇ ਇਸ ਟੀਵੀ ਦਾ, ਜਿਨ੍ਹਾਂ ਨੇ ਸਾਡੀ ਆਵਾਜ਼ ਉੱਪਰ ਤਾਈਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਇਹਨਾਂ ਦਾ ਸ਼ੁਕਰ ਗੁਜ਼ਾਰ ਹਾਂ। ਧੰਨਵਾਦ ਸਾਰਿਆਂ ਦਾ ਕਰਦੇ ਜਿਹੜੇ ਇੱਥੇ ਪਹੁੰਚੇ। ਸਭ ਤੋਂ ਪਹਿਲਾਂ ਕਾਮਰੇਡ ਬਲਦੇਵ ਸਿੰਘ ਜੀ ਬਾਜੇਵਾਲਾ, ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸਕੱਤਰ ਮਾਨਸਾ, ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਉਹ ਆਪਣੇ ਸਹਾਇਕ ਨੂੰ ਆਪਣੀ ਕਾਪੀ ਫੜਾ ਕੇ ਵਲੰਟੀਅਰਾਂ ਨੂੰ ਕੋਲੇ ਆਉਣ ਦਾ ਟਾਈਮ ਹੀ ਨਾ ਦਿਓ, ਆਪਣੇ ਆਪ ਹੀ ਆ ਕੇ ਬੈਠ ਜਾਣ, ਤਾਂ ਕਿ ਆਪਾਂ ਸਾਰੇ ਹੀ ਸ਼ਾਂਤੀ ਪੂਰਵਕ ਇਸੇ ਤਰ੍ਹਾਂ 3 ਵਜੇ ਤੱਕ ਪੂਰਾ ਹੀ ਪੰਡਾਲ ਭਰ ਕੇ, ਸਾਡੇ ਜਿਹੜੇ ਬੁਲਾਰੇ ਨੇ, ਤੁਹਾਡੇ ਜਿਹੜੇ ਮੇਨ ਬੁਲਾਰੇ ਨੇ, ਮੇਰੀ ਬੇਨਤੀ ਹੈ ਉਹ ਸਾਰੇ ਅਜੇ ਬਾਕੀ ਨੇ ਜਿਨ੍ਹਾਂ ਨੇ ਕੁੱਲ ਹਿੰਟ ਦੇਣੇ ਆ। ਅਜੇ ਤਾਂ ਅਸੀਂ ਮਜ਼ਦੂਰਾਂ ਕਿਸਾਨਾਂ ਦਾ, ਮੁਲਾਜ਼ਮਾਂ ਦਾ, ਦੁਕਾਨਦਾਰਾਂ ਦਾ, ਆਪਣੀ ਹੋਂਦ ਨੂੰ ਬਚਾਉਣ ਦਾ ਜਿਹੜਾ ਘੋਲ ਹੈ ਉਹ ਲਗਾਤਾਰ ਆਪਣੀਆਂ ਪ੍ਰਾਪਤੀਆਂ ਕਰਦਾ ਜਾ ਰਿਹਾ, ਤਾਂ ਇਸ ਦੌਰਾਨ ਦੇ ਵਿੱਚ ਸਭ ਤੋਂ ਵੱਡੀ ਸਾਡੀ ਘੋਲ ਦੀ ਚਾਬੀ ਕੀ ਹੈ ਜਿਹਦੇ ਨਾਲ ਅਸੀਂ ਜਿੱਤ ਸਕਦੇ ਹਾਂ, ਉਹ ਚਾਬੀ ਹੈ ਜੋ ਅਸੀਂ ਸ਼ਾਂਤੀ ਬਣਾ ਕੇ ਰੱਖਾਂਗੇ। ਅੱਜ ਭਾਰਤ ਬੰਦ ਸੱਦੇ 'ਤੇ ਵੱਖ ਵੱਖ ਜਥੇਬੰਦੀਆਂ ਵੱਲੋਂ, ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਵੱਲੋਂ ਝਨੀਰ ਵਿਖੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ। ਮੇਰੀਆਂ ਮਾਵਾਂ, ਭੈਣਾਂ, ਬਜ਼ੁਰਗ, ਬੱਚੇ ਸਭ ਦਾ ਧੰਨਵਾਦ। ਸਾਨੂੰ ਧਰਨੇ ਲਾਉਣ ਦੀ ਕਿਉਂ ਲੋੜ ਪੈ ਰਹੀ ਹੈ? ਤੁਸੀਂ ਸਾਰਿਆਂ ਨੇ ਕੱਲ੍ਹ ਸੁਣਿਆ ਹੋਣਾ, ਸੋਸ਼ਲ ਮੀਡੀਆ 'ਤੇ ਵੀ, ਟੀਵੀ 'ਤੇ ਵੀ ਅਸੀਂ ਦੇਖਿਆ ਕਿ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਸੀਗੇ ਨਰਿੰਦਰ ਤੋਮਰ ਜੀ, ਉਹ ਕਹਿ ਰਹੇ ਸੀ ਵੀ ਜਿਹੜੇ ਕਾਨੂੰਨ ਨੇ ਇਹਦੇ ਵਿੱਚ ਕੁਛ ਵੀ ਕਾਲਾ ਨਹੀਂ। ਤਾਂ ਅਸੀਂ ਆ ਜਿਹੜਾ ਅੱਜ ਧਰਨਾ ਜਿਹੜਾ ਅਸੀਂ ਆਹ ਮਤਲਬ ਮੁਜ਼ਾਹਰਾ ਕਰ ਰਹੇ ਹਾਂ, ਅਸੀਂ ਭਾਰਤ ਬੰਦ ਕੀਤਾ ਇਹ ਉਸ ਉਹਨਾਂ ਨੂੰ ਦੱਸਣ ਵਾਸਤੇ ਕੀਤਾ ਵੀ ਇਹਦੇ ਵਿੱਚ ਕੀ ਕੁਛ ਕਾਲਾ। ਸਾਡੇ ਜਿਹੜੇ ਮਤਲਬ ਨੁਮਾਇੰਦੇ ਨੇ ਉੱਥੇ, ਲੀਡਰ ਨੇ, ਸਮੁੱਚੀ ਲੀਡਰਸ਼ਿਪ ਹੈ, ਉਹਨਾਂ ਨੇ 11 ਮੀਟਿੰਗਾਂ ਦੇ ਵਿੱਚ ਕਾਲੇ ਕਾਨੂੰਨ ਦਾ ਹੀ ਨਾਂ ਲਿਆ, ਕਾਲਾ ਕਾਨੂੰਨ ਹੀ ਦੱਸਿਆ ਵੀ ਇਹਦੇ ਵਿੱਚ ਕੀ ਕਾਲਾ ਹੈਗਾ। ਸੋ ਅਸੀਂ ਇੱਥੇ ਤਾਂ ਹੀ ਇਕੱਤਰ ਹੋਏ ਹਾਂ। ਸੋ ਮੈਂ ਤਾਂ ਮਤਲਬ ਇਹੀ ਦੱਸਣਾ ਚਾਹੁੰਦਾ ਆਪਣੇ ਕਿਸਾਨ ਭਰਾਵਾਂ ਨੂੰ ਜਾਂ ਆਪਣੇ ਵੀਰਾਂ ਨੂੰ ਵੀ ਜਿਹੜੇ ਸਾਡੇ ਉਹ ਮੰਤਰੀ ਅਸੀਂ ਬਣਾਏ ਨੇ, ਉਹ ਸਾਡੇ ਜਿਹੜੇ ਨੁਮਾਇੰਦੇ ਆ, ਸਾਡੇ ਲੀਡਰ ਨੇ, ਉਹਨਾਂ ਨੂੰ ਕੁਝ ਜ਼ਿਆਦਾ ਪੜ੍ਹੇ ਲਿਖੇ ਨਹੀਂ, ਕਿਉਂਕਿ ਸਾਡੇ ਲੀਡਰ ਆ ਜਿਹੜੇ ਸਾਡੇ ਮਤਲਬ ਸਾਨੂੰ ਲੈ ਕੇ ਚੱਲੇ ਹੋਏ ਨੇ, ਉਹ PhD ਹੋਲਡਰ, ਡਾਕਟਰ, ਇੰਜੀਨੀਅਰ, ਵਕੀਲ, ਜੱਜ, ਉਹਨਾਂ ਨਾਲ ਉਹ ਮੀਟਿੰਗਾਂ ਕਰਦੇ ਆ। ਸੋ ਉਹਨਾਂ ਦੀ ਹਰ ਮੀਟਿੰਗ ਦੇ ਵਿੱਚ ਉਹਨਾਂ ਨੂੰ ਹਰ ਫਰੰਟ 'ਤੇ ਫੇਲ ਕਰਦੇ ਆ।
ਸੋ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਾਡੇ ਜਿਹੜੇ ਮੰਤਰੀ ਨੇ ਸ਼ਾਇਦ ਉਹਨਾਂ ਨੂੰ ਇਸ ਕਾਨੂੰਨ ਬਾਰੇ ਨਾ ਪਤਾ ਹੋਵੇ, ਸਾਨੂੰ ਪਤਾ ਕੀਤੀ ਹੈ। ਸਾਡੇ ਪਿੰਡ ਦੇ ਵਿੱਚ ਅਸੀਂ ਜਥੇਬੰਦੀ ਬਣਾਈ ਹੈ ਰੈਪੁਰ ਦੇ ਵਿੱਚ, ਤਾਂ ਅਸੀਂ ਵਾਰਡਾਂ ਮੁਤਾਬਕ ਦਿੱਲੀ ਵੀ ਆਪਣੇ ਜਿਹੜੇ ਵਿਅਕਤੀ ਉਹ ਭੇਜ ਰਹੇ ਹਾਂ। ਅਸੀਂ ਅੱਜ ਲਗਭਗ ਰਾਏਪੁਰ ਦੇ 70 ਤੋਂ 75 ਬੰਦੇ, 2 ਟਰੈਕਟਰ, 10-15 ਮੋਟਰਸਾਈਕਲ ਲੈ ਕੇ ਸਰੀਰ ਧਰਨੇ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ ਹੈ। ਤਾਂ ਮੈਂ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆਗੂ ਹੈ ਮੁੰਡੇ ਹੈ, ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਹਰ ਰੋਜ਼ ਦਿੱਲੀ ਵਾਸਤੇ ਦੁੱਧ ਇਕੱਠਾ ਕਰਕੇ ਹਰ ਰੋਜ਼ ਹੀ ਮੁੰਡੇ ਲੈ ਕੇ ਜਾਂਦੇ ਆ ਵੀ, ਤਾਂ ਬੜਾ ਵਧੀਆ ਮਤਲਬ ਚਲਾ ਰਿਹਾ ਸਿਸਟਮ। ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ, ਸਾਡੇ ਜਿਹੜੇ ਆ ਬੈਠੇ ਛੋਟੇ ਛੋਟੇ ਬੱਚੇ ਹੈ, ਇਹ ਸਾਨੂੰ ਐਂ ਕਹਿਣਗੇ ਸਾਡੇ ਬਜ਼ੁਰਗਾਂ ਨੂੰ, ਸਾਨੂੰ ਪੁੱਛਿਆ ਕਰਨਗੇ ਵੀ ਆਪਣੇ ਕੋਲ ਜ਼ਮੀਨ ਕਿਉਂ ਨਹੀਂ, ਤਾਂ ਫਿਰ ਅਸੀਂ ਜਵਾਬ ਨਹੀਂ ਦੇ ਸਕਾਂਗੇ। ਕੀ ਜਵਾਬ ਦੇਵਾਂਗੇ ਵੀ ਸਾਡੀ ਜ਼ਮੀਨ ਖੋਹ ਲਈ ਗਈ, ਤਾਂ ਫਿਰ ਸਾਨੂੰ ਇਹ ਕਹਿਣਗੇ ਵੀ ਤੁਸੀਂ ਇੱਥੇ ਕੀ ਕਰਦੇ ਸੀ, ਤੁਸੀਂ ਲੜਕੇ ਕਿਉਂ ਨਾ ਮਰੇ। ਸੋ ਮੈਂ ਤਾਂ ਇਹੀ ਬੇਨਤੀ ਕਰੂੰ ਕਿ ਆਪਾਂ ਉੱਥੇ ਜਾਓ, ਵਾਰੀ ਬੰਨ ਕੇ ਪਹੁੰਚ ਗਏ ਤਾਂ ਆਪਣੇ ਬੱਚਿਆਂ ਦੀ ਹੋਂਦ, ਆਪਣਾ ਭਵਿੱਖ, ਆਪਣੀ ਜਿਹੜੀ ਹੋਂਦ ਆ ਉਹ ਬਚਾ ਸਕੀਏ, ਨਹੀਂ ਤਾਂ ਫਿਰ ਸਾਨੂੰ ਆਪਣੇ ਬੱਚਿਆਂ ਦੇ ਤਾਨੇ ਵੀ ਸਹਿਣੇ। ਆ ਹੁਣ ਸਾਡੇ ਜਿਹੜੇ ਮਜ਼ਦੂਰ ਨੇ ਸਾਡੇ ਕਿਸਾਨਾਂ ਦੇ ਖੇਤਾਂ 'ਚ ਕੰਮ ਕਰਦੇ ਆ, ਸ਼ਾਮ ਨੂੰ ਉਹ ਸਾਡੇ ਖੇਤੋਂ ਝੋਲਾ ਜਦੋਂ ਚੱਕਦੇ ਆ, ਅਸੀਂ ਉਹਨਾਂ ਦੀ ਤਲਾਸੀ ਨਹੀਂ ਲੈਂਦੇ, ਬੇਸ਼ੱਕ ਉਹ ਸਬਜ਼ੀ ਲਿਆਉਣ ਜਾਂ ਬੇਸ਼ੱਕ ਉਹ ਹਰਾ ਚਾਰਾ ਲਿਆਉਣਾ। ਸੋ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਸਾਡੇ ਨਾਲ, ਜਾਂ ਮੈਂ ਥਰਮਲ ਸਾਡਾ ਦਾਤਣ ਨਹੀਂ ਤੋੜਨ ਦਿੰਦੇ, ਇਸ ਤਰ੍ਹਾਂ ਦਾ ਹਾਲ ਹੋਇਆ ਕਰਨਾ ਹੈਗਾ ਸਾਡਾ। ਸੋ ਮੈਂ ਤਾਂ ਬੇਨਤੀ ਇਹੀ